ਯਾਰ ਮੇਰੇ ਮਿਲਣ ਮਜ਼ਬੂਰ ਬਸ ਬਾਤ ਕੇ ਜਾਏ ਸਲਵਾਤ ਬਾਬਾ ਜੀ ਬਣਾ ਲਓ ਸਲ ਟੋ 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 ਸਲਵਾਤ ਕਰੋ ਸਲਵਾਤ ਬਾਬਾ ਜੀ ਬਣਾ ਲਓ ਨਾਰੇ ਤਕਬੀਰ ਅੱਲਾਹ ਅਕਬਰ ਨਾਰੇ ਤਕਬੀਰ ਸੋਹਣੇ ਅੱਲਾਹ ਦਾ ਨਾਮ ਉੱਚਾ ਚਾਹਣਾ ਚਾਹੀਦਾ ਬਹੁਤ ਬੜਾ ਅਜਰ ਹੈ ਨਾਰੇ ਤਕਬੀਰ ਤਮਾਮ ਸਾਹਿਬਾਨ ਤੋਂ ਖੈਰ ਹੋਏ, ਮਵਾਲੀਆਂ ਨੇ ਹੈਦਰ ਕਰਾਰ ਤੋਂ ਖੈਰ ਹੋਏ, ਸੁਨੀਸ਼ੀਆਂ ਭਾਈਆਂ ਨੂੰ ਖੈਰ ਹੋਏ, ਹਰ ਉਸ ਅਜ਼ਾਦਾਰ ਤੋਂ ਖੈਰ ਹੋਏ ਜਿਹੜਾ ਜ਼ਿਕਰ 'ਚ ਆਉਂਦਾ ਹੈ, ਬਹਿੰਦਾ ਹੈ, ਬਹਬਾਦ ਹੈ, ਨਾਰੇ ਮਰੇ ਦੇ ਸਲਵਾਤਾਂ ਪੜ੍ਹਦਾ ਹੈ, ਉਹਨਾਂ ਦੀ ਜ਼ਿੰਦਗੀ ਹੋਵੇ। ਤੁਸਾਂ ਤਮਾਮ ਅਜ਼ਾਦਾਰ ਵਸਦੇ ਰਹੋ, ਬਾਣੀਆਂ ਨੇ ਮੁਹੰਮਦ ਮੁਹਰਮ ਦੀ ਜ਼ਿੰਦਗੀ ਹੋਵੇ, ਮੇਰੇ ਪਿਆਰੇ ਭਾਈਆਂ ਦੀ ਅਜ਼ੀਮ ਇਬਾਦਤ ਅਜ਼ੀਮ ਖਾਵਿਸ਼ ਕਬੂਲ ਹੋ, ਜ਼ਿਕਰ ਵਾਲਿਆਂ ਦਾ ਸਦਕਾ ਤੁਸੀਂ ਜੀਓ, ਪਰ ਪੁੱਤਰ ਜੀ ਨੇ ਇਨਸ਼ਾਅੱਲਾ ਤੁਹਾਡੀਆਂ ਧੀਆਂ ਦੇ ਮੁਕੱਦਰ ਚੱਲ ਜਾਣ, ਤੁਸਾਂ ਅਮੀਰ ਨਹੀਂ ਹਾਂ। ਮੈਂ ਖਲੂਸ ਨਾਲ ਦੁਆ ਕੇ ਮੰਗਦਾ, ਇਹ ਘਰ ਵਸਦੇ ਰਹਿਣ, ਇਹ ਵਿਹੜੇ ਵਸਦੇ ਰਹਿਣ, ਇਹ ਮਹੱਲੇ ਵਸਦੇ ਰਹਿਣ ਜਿੱਥੇ ਜ਼ਿਕਰ ਹੁੰਦੇ 5, 12, 14। ਬਾਣੀਆਂ ਨੇ ਮੁਹਰਮ ਦੀ ਤਰਫੋਂ ਹੁਕਮ ਹੈ, ਇਸਤਦਾ ਹੈ, ਇਲਤਜਾ ਹੈ ਤਮਾਮ ਮਵਾਲੀਆਂ ਨੇ ਹੈਦਰ ਕਰਾਰ ਦੇ ਅੱਗੇ, ਜਿਵੇਂ ਅੱਗੇ ਮਿਹਰਬਾਨੀ ਕਰਾਉਂਦੇ ਰਹਿੰਦੇ ਹੋਵੇ, ਕੋਈ ਮਿਹਰਬਾਨੀ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦੇ ਨਾਮ ਦਾ ਸਦਕਾ ਨਿਆਜ਼ ਹੁਸੈਨ ਅਲੈਹਿ ਸਲਾਮ ਨਿਆਜ਼ ਦਿਓ ਅਤੇ ਸਵਾਬ ਹਾਸਿਲ ਕਰੋ। ਇਹ ਦੁਨੀਆਂ 'ਤੇ ਸੁਰਖ ਰੂ, ਅਗਲੀ ਦੁਨੀਆਂ 'ਤੇ ਸੁਰਖ ਰੂ, ਤੁਸੀਂ ਜੀਓ ਸ਼ਾਲਾ ਤੁਸੀਂ ਬਚੜੇ, ਜਿਵੇਂ 2-4 ਮੰਗਣੀ ਟੁੱਟੀ ਪਵੋ, 2-4 ਸੂਟੀ ਪਵੋ ਕੋਈ ਲੱਗਦੇ, ਅਤੇ ਇਸ ਅਜ਼ੀਮ ਇਬਾਦਤ ਵਿੱਚ ਇਸੇ ਗਿਨੋ ਚਾਹ ਤੁਸੀਂ ਵੀ ਸ਼ਾਮਿਲ ਹੋ ਜਾਓ। ਅਪੀਲ ਕੀਤੀ ਮੈਂ ਮਾਵਾਂ ਨੂੰ, ਭੈਣਾਂ ਨੂੰ, ਮੁਸ਼ਕਿਲਾਂ ਨੂੰ, ਬਈ ਇਸ ਅਜ਼ੀਮ ਇਬਾਦਤ ਵਿੱਚ ਹਿੱਸਾ ਗਿਨਣ, ਨਿਆਜ਼ ਹੁਸੈਨ ਅਲੈਹਿ ਸਲਾਮ ਜਲਦੀ ਜਲਦੀ ਨਿਆਜ਼ ਪਹੁੰਚਾਉਣ, ਬੜੀ ਬੜੀ ਮਿਹਰਬਾਨੀ। ਮਹਰੂਮ ਚੌਕੇ ਰੱਖੇ ਯਾਰੋ, ਕਿੱਥੇ ਸ਼ਾਬਾਸ਼ ਬਈ, ਸ਼ਾਬਾਸ਼ ਬਈ, ਸ਼ਾਬਾਸ਼ ਬਈ, ਸ਼ਾਬਾਸ਼। ਕਰੋੜ ਦੇ ਵਿੱਚ ਉਹਨਾਂ ਦੇ ਜੱਗ ਸਾਹਿਬ ਸਭ ਸੋਨਾ ਵੈਲਕਮ ਵੀ ਹੋ ਜਾਓ।
ਤੇ ਉਹ ਸਾਰੇ ਪਹੁੰਚ ਗਏ ਕੰਢ ਨਲਵਾਏ ਕਸੀਦਾ ਡਾਡਾ ਸੋਹਣਾ ਵੀ ਹੈ ਕਸੀਦਾ ਵਸੂਲ ਲਿਖ ਰਿਹਾ ਸੁਣਿਆ ਤਾਂ ਇਮਾਮ ਹਸਨ ਮੁਸਤਫਾ ਦਾ ਕਸੀਦਾ ਸੁਣ ਕੇ ਸੁਣ ਤਾਂ ਕਿਤੇ ਪੜੇ ਹੱਥ ਕੋਈ ਜੈ ਬੰਦੇ ਮੇਰੋ ਨੀ ਠੋਕ ਸਮਝ ਨਹੀਂ ਆਈ ਨਾਰਾ ਹੈਦਰੀ ਜੀਵੇ ਜਵਾਨ ਲਖਤਾਰੇ
تو آپ کو امام حسن مجتبی کا خطبہ سناوا. خطبہ امام حسن مجتبی کا خطبہ سنو. جی بسم اللہ کرا. میرے کو کوئی پچا پتا کوئی نہیں یہ خطبہ کہ کو پچنا ہے. دنیا والو میں حسن مجتبا چاہتا دن نو رات کر دے رات نو دن کر دے دن نو رات کر دے رات نو دن کر دے کہڑا بندہ جنہ نام بول سی امام حسن مجتبا پہ فرمان او دنیا والو آؤں میں تمہیں دسا وا مشرق کو میں جب چاہوں تو مغرب سے ملا دوں. امام پہ فرمانے نے مشرق کو میں جب چاہوں تو مغرب تیرے بلندے بیٹھے جیندے رہن تیرے نہیں بیٹھے بلندے جیندے رہن.
بولو تے بھاوے نہ بولو یہ مجلس شبیر ہے اور یہاں تو سانس لینا بھی عبادت ہے. محمد دربار گیا
ਜਿਹੜਾ ਮੰਗਦਾ ਹੈ, ਜਿਹੜਾ ਪੰਜ ਮੰਗਣ ਬੋਲੋ ਜਿਹੜਾ ਮੰਗਦਾ ਹੈ ਸਹੀ ਉਹ ਅਤਾ ਕਰੇਗਾ। ਇੱਥਾਂ ਆ ਕੇ ਜਿਹੜਾ ਸੋਚਦਾ ਹੈ ਬਸ ਤੂੰ ਸੋਚਦਾ ਰਹਿੰਦਾ, ਜਿਹੜਾ ਗਰੀਬਾਂ ਦੀ ਕਹਾਣੀ ਸੁਣਦਾ ਹੈ ਅਤੇ ਪੈਸਾ ਸਹਾਇ ਕਰ ਸੁਣਦਾ, ਮੇਰਾ ਪਿਆਰ ਹੈ ਤੂੰ ਦੇ ਆਮਨ ਦਾ ਮਕਸਦ ਹੋਵੇ, ਜਿਹੜਾ ਆ ਕੇ ਇੱਕ ਦਫ਼ਾ ਅੱਖ ਹੁੰਦੀ ਬਸਤੀ ਨਾ ਉਹਦੇ ਆਮਨ ਦਾ ਮਕਸਦ ਹਾਸਿਲ ਹੋਵੇ। ਹਾਂ ਬਾਈ ਅੱਠਾ ਵੀ ਰਜਬ ਪੁੱਛੁਕਾ ਮਦੀਨਾ ਕੱਢਾਂ, ਅਠਾਵੀ ਰਜਬ ਛੁੱਟਾ ਮਦੀਨਾ, ਤ੍ਰੈ ਸ਼ਾਬਾਨ ਰੋਏ ਗਰੀਬ ਮੱਕਾ। ਅੱਛਾ ਗੱਲ ਕਰਾਂ, ਬਹੁ ਰੋਇਆ ਹੁਸੈਨ ਮੱਕੇ ਅਤੇ ਦਰਦਾਂ ਦੇ ਬਹਿਵਾਲ ਬਹਿਣ ਪੁੱਛਣਾ ਕੀਤਾ, ਹੁਸੈਨ ਅੰਮਾ ਵਜਾਇਆ ਸ਼ਾਲਾ ਬਹਿਣ ਮਰ ਬਣੀ, ਤੂੰ ਲੁਕ ਲੁਕ ਕੇ ਬੰਦਾ ਰੋਣਾ, ਤੂੰ ਕਿਸ ਸਮਝਦਾ ਤੇਰੇ ਰੋਵਾਂ ਦਾ ਤੇਰੀ ਜ਼ੈਨਬ ਕੋ ਪਤਾ ਕੋਈ ਨਹੀਂ। ਪਰ ਮੈਂ ਨਹੀਂ ਭੈਣ ਬਿਰਾ ਰੋਣ, ਭਲਾ ਭੈਣਾਂ ਕੋ ਪਤਾ ਨਾ ਲੱਗੇ, ਬੀਬੀ ਦੀ ਆਵਾਜ਼ ਆਉਂਦੀ ਮੇਰੇ ਕੋ ਸੱਚ ਸੱਚ ਦੱਸਾ, ਜੰਗਲਾਂ ਚ ਰੋਣਾ ਨਾਨਾ ਯਾਦ ਮਿਹਰਬਾਨੀ। ਪਰ ਮੈਂ ਨਾਨਾ ਯਾਦ ਨਹੀਂ ਆਇਆ, ਫਰਮਾਇਆ ਬਾਬਾ ਅਲੀ ਯਾਦ ਹੋਈ, ਪਰ ਮੈਂ ਬਾਬਾ ਅਲੀ ਯਾਦ ਨਹੀਂ ਆਇਆ, ਫਰਮਾਇਆ ਸੱਚ ਰਸਾ ਜ਼ਖਮੀ ਪਾਸੇ ਵਾਲੀ ਅੰਮਾ ਯਾਦ ਆਈ, ਪਰ ਮੈਂ ਆਮਾ ਯਾਦ ਨਹੀਂ ਆਈ, ਜਾਂ ਬੰਦਾ ਸ਼ੀਆ ਨਾ ਸਦਾਵੇ ਯਾਦ ਹੈ ਜ਼ਰੂਰ ਕਰੇ, ਉੱਚੀ ਰੁਣੀਆਂ ਰੋਕ ਫਰਮੇ ਦੀ ਮੇਰੇ ਕੋ ਪੱਕ ਲੱਗ ਗਏ, ਔਖੇ ਵੇਲੇ ਫਿਰਾ ਉਹਨੇ ਬਿਰਾਵਾਂ ਦੀ ਕਮਾ ਦੋਰ, ਮੈਨੂੰ ਦੱਸਾ ਹਸਨ ਤੇਰਾ ਯਾਦ ਆਈ, ਪਰ ਮੈਂ ਹਸਨ ਯਾਦ ਨਹੀਂ ਆਇਆ, ਕਿਤਨਾ ਬੰਦਨ ਜਿਹੜੇ ਹੈ ਕਰੇ ਸਨ ਵੇਣ ਚਪਾ ਕੇ ਬਿਰਾ ਦੇ ਗੱਲ ਚ ਬਾਵਾ, ਉੱਚੀ ਰੁਣੀਆਂ ਉਮਲ ਮਸਾਹਿਬ ਰੋ ਕੇ ਨਹੀਂ ਮਾਂ ਦਾ ਜਾਇਆ, ਅੱਜ ਤੇ ਕੋ ਨਾਨਾ ਯਾਦ ਹੀ ਨਹੀਂ ਆਇਆ, ਤੇ ਕੋ ਬਾਬਾ ਯਾਦ ਹੀ ਹੈ ਕਰੋ ਚੱਲ ਨਹੀਂ ਆਇਆ, ਪਰ ਮਾਇਆ ਤੇ ਕੋ ਹਸਨ ਯਾਦ ਨਹੀਂ ਆਇਆ, ਜ਼ਖਮੀ ਪਾਸੇ ਵਾਲੀ ਅੰਮਾ ਯਾਦ ਨਹੀਂ ਰਹੀ, ਉਸ਼ਾਲਾ ਭੈਣ ਮਾਰਵਨੀ ਰੋਂਦਾ ਕਿਉਂ ਏ, ਕਿਹੜਾ ਬੰਦਾ ਜਿਹੜਾ ਹੈ ਨਕਰੇ ਸੀ ਸ਼ਬੀ ਦੀ ਆਵਾਜ਼ ਉਹਨੇ ਭੈਣ ਦੱਸਾਂ ਦੱਸ, ਪਰ ਮਾਇਆ ਮਾਇਆ ਹਾਂ ਜ਼ਖਮੀ ਪਹਿਲੂ ਦਾ ਵਾਸਤੇ ਸੱਚ ਦੱਸਾਂ, ਨਾਨੇ ਦਾ ਦੀਨ ਬਚਦੇ ਮੇਰੇ ਨਾਲ ਸਲਾਹ। ਇੱਥਾਂ ਇਮਾਮ ਹੁਸੈਨ ਦਾ ਠੱਡਾ ਸਾਹ ਲਿਖਾ, ਠੱਡਾ ਸਾਹ ਭਰ ਕੇ ਜਿਹੜੀ ਸ਼ਬੀਰ ਗੱਲ ਕੀਤੀ ਉਹ ਸੁਣੋ, ਬੀਬੀ ਜਿਹੜੇ ਨੇ ਆਖੇ ਮੇਰੇ ਨਾਲ ਸਲਾਹ, ਹੁਸੈਨ ਰੁਣਾ ਤੇ ਇੱਥੋਂ ਆਪਣੇ ਆਂਸੂ ਸਾਫ਼ ਕੀਤੇ, ਸਲਾਹ ਕਰਾਂ ਮੇਰਾ ਕੌਣ ਡਿੱਠੂ, ਮੇਰਾ ਨਾਂ ਨਹੀਂ ਤੂੰ, ਮੇਰਾ ਨਾਂ ਨਹੀਂ ਇੱਕ ਦਫ਼ਾ ਬੋਲੇ ਦਿਓ, ਮੇਰਾ ਨਾਂ ਨਹੀਂ ਤੂੰ, ਮੇਰਾ ਬਾਬਾ ਬੋਲੇ ਸੋ, ਮੇਰਾ ਬਾਬਾ ਤੂੰ ਹੈ ਮੇਰੇ ਕੋ ਬਚਾਉਣ ਵਾਲੀ ਬੋਲੇ ਸੋ, ਤੂੰ ਹੈ ਮੇਰੇ ਕੋ ਬਚਾਉਣ ਵਾਲੀ ਬੋਲੋ, ਤੂੰ ਹੈ ਫਰਮਾਇਆ ਤੇ ਕਿਹੜੀ ਸਲਾਹ ਵੇਖ ਫਰਮਾਨੇ ਮੈਂ ਗੱਲ ਦੱਸੋ, ਪਰ ਮੈਂ ਸੁਣੋ, ਪਰ ਮੈਂ ਨਾਮੇ ਮੁਹੰਮਦ ਦੇ ਨਾਲ ਇੱਕ ਬਾਬਾ ਅਲੀ ਆਉਂਦਾ ਹੀ ਨਾ ਤੇ ਉਹਦੀ ਪੂਰੀ ਕਾਇਨਾਤ ਤੇ ਤੱਕ ਨਹੀਂ ਹੁੰਦੀ, ਮੇਰੇ ਨਾਲ ਤੇ ਮੈਨੂੰ ਚਾਰ ਅਲੀ ਹੈ ਤੇ ਚਾਰੇ ਲੜ ਪਏ ਨਾ, ਸ਼ਾਇਦ ਮੈਂ ਆਪਣੇ ਮਕਸਦ ਤੇ ਪੂਰਾ ਨਾ ਉਤਰਾਂ। ਬੀਬੀ ਦੀ ਆਵਾਜ਼ ਆਉਂਦੀ ਕਿਹੜੇ ਕਿਹੜੇ ਅਲੀ, ਥੋੜ੍ਹਾ ਤਾਰਫ ਕਰਵਾ, ਮੈਂ ਬਸੈ ਸੋਚੀ ਜਾ ਕਰਾਂ ਕਿ ਮੇਰੇ ਦਿਲ ਦੀ ਆਵਾਜ਼ ਸੁਣ ਤੇ ਮੈਂ ਨਸਰੀ ਜਾ ਕੇ ਨਸਰੀ ਨਸਰ ਜੁਮਲਾ ਸੁਣ ਮੈਂ ਤੁਕੜੇ ਮਾਂ ਰੋਣਾ ਜਾਂ ਰੋਣਾ ਮੇਰਾ ਠੇਕਾ ਨਹੀਂ, ਤਾਂ ਆਪਣੇ ਆਤਮਕ ਵਾਸਤੇ ਰੋਣਾ ਹੈ, ਮੁਹਰਮ ਦੇ ਵਿੱਚ ਲੋਕ ਮੁਕੰਮਲ ਮਸਾਹਿਬ ਸੁਣਾਉਣਾ ਨੇ, ਕਹਿ ਕੇ ਮਸਾਹਿਬ ਦੇ ਵਿੱਚ ਸਹੀਆਂ ਮੋਹਰ ਲੱਗਦੀ ਕਿ ਮਜਲ ਸਮਝੀਆਂ ਹੋਣੀਆਂ ਪੈਂਦੀਆਂ ਹਨ, ਲੇਕਿਨ ਮਸਾਹਿਬ ਸੁਣੋ ਜਿਵੇਂ ਬਜ਼ੁਰਗ ਪੜ੍ਹਦੇ ਹਨ, ਮੈਂ ਉਹ ਪੜ੍ਹਨਾ ਚਾਹੁੰਦਾ, ਸਦਕੇ ਕੀ ਵਜਾਂ ਕੁਰਬਾਨ ਕੀ ਵਜਾਂ ਬੀਬੀ ਦੀ ਆਵਾਜ਼ ਆਉਂਦੀ ਹੈ, ਦੱਸਾ ਤਾਰਫ ਕਰਵਾ ਕਿਹੜਾ ਕਿਹੜਾ ਅਲੀ ਹੁਣ ਹੁਸੈਨ ਕੋਲ ਹੈ ਅੰਮਾ ਦੀ ਜਾਈ, ਪਹਿਲਾ ਪਹਿਲਾ ਅਲੀ ਮੁਹੰਮਦ ਹਨਫੀਆ ਸੋਹਣੀ ਹੈ ਕਿ ਪਹਿਲਾ ਪਹਿਲਾ ਮੁਹੰਮਦ ਜੀ ਹਨਫੀਆ,
ਦੂਜਾ ਅਲੀ ਮੁਸਲਿਮ ਬਿਨ ਮੱਕੀ ਸ਼ਬੀਰ ਫਰਮਾਇਂਦੇ ਤ੍ਰੀਜਾ ਅੱਬਾਸ ਅੱਬਾਸ ਆ ਕੇ ਤੇ ਬਹਿਣ ਦੇ ਪਾਸੇ ਵੇਖ ਕੇ ਫਰਮਾਇਂਦੇ ਸੱਚ ਪੁੱਛਦੀ ਨਾ ਘਰ ਮੇਰਾ ਸਜਾ ਦੇ ਵੀ ਉਹ ਮੈਂ ਸਦਕੇ ਤੇ ਵਣਾ ਬਹਿਣ ਮੇਰਾ ਦਿਲ ਚਾਹੁੰਦਾ ਮੁਹੰਮਦ ਹਨਫੀਆ ਤੇ ਮੈਂ ਭੀਜਾ ਨਾ ਵਤਨ ਜੋ ਮੇਰੀ ਧੀ ਬਿਮਾਰ ਹੈ ਮਦੀਨਾ ਅਕਬਰ ਦੀ ਸ਼ਾਦੀ ਦਾ ਜਨਾਬ ਇਮਾਮ ਹੁਸੈਨ ਕਹਿਣਾ ਤੂੰ ਵੀ ਸੋਹਣਾ ਰੋਣੇ ਜਨਾਬ ਹਨਫੀਆ ਉੱਚਾ ਰੋਣੇ ਰੋ ਕੇ ਫਰਮਾਨ ਮੈਂ ਮਦੀਨੇ ਨਾ ਆਵੇਗਾ ਕਿਉਂ ਅਕਲ ਮਾਰ ਕੇ ਫਰਮਾਨ ਕਿੱਥੋਂ ਦਾ ਕਾਨੂੰਨ ਹੈ ਭਤਰੀਜੇ ਦੀ ਸ਼ਾਦੀ ਹੋਵੇ ਅਕਬਰ ਦੀ ਸ਼ਾਦੀ ਹੋਵੇ ਤੇ ਮੈਂ ਮਦੀਨੇ ਵੱਲ ਵਜਾਂ ਪਰ ਮੈਂ ਇਹਨੇ ਕੁਛ ਮਦੀਨੇ ਮੰਨੀ ਠੀਕ ਹੈ ਸਰ ਜਨਾਬ ਇਮਾਮ ਹੁਸੈਨ ਅਲੈਹਿਸ ਸਲਾਮ ਨੇ ਅਕਲ ਮਾਰੀ ਜਨਾਬ ਮੁਸਲਮ ਬਿਨ ਅਕੀ ਜਿਵੇਂ ਅਕਲ ਮਾਰੀ ਸੀ ਸੁਣਾ ਅਚੜੇ ਜੀਵ ਜੀ ਮੈਂ ਬੜਾ ਬੁੱਧ ਤੇ ਨਾ ਭਾਈ ਬੜੀ ਅਜ਼ਾਦਾਰੀ ਤੇ ਬੜੀ ਮਾਤਮਦਾਰੀ ਤੇ ਮੈਂ ਬੇਰਿਆਦ ਆ ਕਿਉਂ ਸਭ ਬੇਰਿਆਦ ਸੁਣੋ ਸੁਣੋ ਸਫ਼ਰ ਕਰੋ ਸ਼ਬੀਨ ਅਕਲ ਮਾਰੀ ਮੁਸਲਮ ਬਿਨ ਅਕੀ ਜੀ ਸ਼ਬੀਨ ਮੇਰੇ ਨੇੜੇ ਆਉਣ ਜਨਾਬੇ ਮੁਸਲਿਮ ਬਿਨ ਅਕੀਲ ਸ਼ਬੀਰ ਦੇ ਬੋਲੇ ਜਨਾਬੇ ਮੁਸਲਿਮ ਖੜੇ ਕੀ ਮਿਲੇ ਮੈਂ ਦੱਸਿਆ ਨਾ ਇੱਥੇ ਇਮਾਮ ਹੁਸੈਨ ਇੱਥੇ ਜਨਾਬੇ ਮੁਸਲਿਮ ਬਿਨ ਅਕੀਲ ਸਰਦਾਰ ਹੁਕਮ ਆਖਾ ਹੁਕਮ ਮੇਰਾ ਮੌਲਾ ਹੁਕਮ ਸ਼ਬੀਰ ਦੀ ਆਵਾਜ਼ ਆਉਂਦੀ ਮੁਸਲਿਮ ਮੇਰਾ ਦਿਲ ਚਾਹੁੰਦਾ ਮੈਂ ਤੱਕ ਵਕੀਲ ਅਤੇ ਆਪਣਾ ਸਫੀਰ ਬਣਾ ਕੇ ਕੂਫਾ ਭਜਣਾ ਕਿਤਨੇ ਸ਼ੀਅਨ ਜਿਨ੍ਹਾਂ ਦੀ ਹੈ ਨਿਕਲ ਪੋਸੀ ਅਦਬ ਦਾ ਸਾਰ ਜੁਕਾ ਕਹਿ ਦੇ ਕਿ ਥਾਂ ਉਹ ਲੱਗਾ ਵਾਂਿਆਂ ਜਾਂ ਧੀਆਂ ਕਿ ਨੁੱਥੀ ਆ ਭਲਾ ਵੀ ਇਤਨਾ ਤਾਂ ਰੋ ਸਕਦੇ ਨਾ ਫਰਮਾਇਆ ਹੈ ਕਿ ਇਜਾਜ਼ਤ ਹੋਵੇ ਤਾਂ ਮੈਂ ਧੀਆਂ ਕੋ ਮਿਲਾ ਵਾਂਿਆਂ ਸ਼ਬੀਰ ਦੀ ਆਵਾਜ਼ ਉਹਨੇ ਜ਼ਰੂਰ ਵਾਂਿਆਂ ਜੀਦਾ ਕੋ ਪੈ ਮਿਲਸੈ ਨਾ ਜੀਵੇ ਫਰਮਾਇਆ ਧੀਆਂ ਦੇ ਵਾਲ ਚੋਂ ਪੁੱਤਰਾਂ ਦੇ ਰੁਖਸਾਰ ਚੋਂ ਸੋਹਣੇ ਰੋਨੇ ਵੇ ਜਨਾਬੇ ਮੁਸਲਿਮ ਟੁੱਟ ਹੈ ਔਰ ਯਾਦ ਰੱਖੇ ਜਨਾਬੇ ਮੁਸਲਿਮ ਟੁੱਟਦੇ ਆਉਂਦੇ ਰੋਂਦੇ ਆਉਂਦੇ ਬਈ ਤਾਰੀਖ ਪੜਦਾ ਚੋਂ ਇੱਕ ਇੱਕ ਆਖੇ ਕਈ ਕਈ ਨੀਚੇ ਚਾਰੀ ਸਵਾਲ ਕਰੋ ਚੰਗ ਸਹਿਬ ਜਨਾਬੇ ਮੁਸਲਿਮ ਕਿਉਂ ਆਉਂਦਾ ਰਹਿੰਦਾ ਉਹ ਭਾਈ ਜਨਾਬੇ ਮੁਸਲਿਮ ਹੈ ਆਪਣੇ ਦੌਰ ਦਾ ਬਲੀ ਕੌਣ ਹੈ ਬੋਲੋ ਬਲੀ ਜੀ ਮੈਂ ਬਿਸਮਿਲਾ ਕਰਨਾ ਰੋਂਦਾ ਆਉਂਦੇ ਤੇ ਆਪਣੇ ਆਪ ਆਖਾਂ ਦੇ ਸਾਧੂ ਕੀ ਹੈ ਨਿਖਰੇਂਦਾ ਹੁਣ ਨਾ ਆਪ ਬਚਦਾ ਹੈ ਨਾ ਭੈਣ ਨਾ ਬੁਰਕਾ ਬਚਦਾ ਰੋਂਦਾ ਜਨਾਬ ਮੁਸਲਿਮ ਬਿਨ ਅਕੀਲ ਜਿਹੜੇ ਆਇਆ ਨਾ ਲਾਹੌਰ ਦੀ ਮਲਕਾ ਦੇ ਕੋਲ ਆਇਓ ਤੇ ਬੀਬੀ ਦੀ ਪਈ ਨਿਗਾਹ ਰੋ ਕੇ ਫਰਮਾਉਂਦੇ ਨੇ ਕਹਿ ਰੋਇਆ ਵੇ ਮੇਰਾ ਸਰਦਾ ਕਿਉਂ ਰੋਂਦੇ ਹੋ ਫਰਮਾਇਆ ਤੁਹਾਡੇ ਵਿਰਾ ਦਾ ਹੁਕਮ ਹੈ ਹੁਸੈਨ ਬਾਦਸ਼ਾਹ ਦਾ ਮੈਂ ਕੂਫਾ ਬਣਿਆ ਬੀਬੀ ਦੀ ਆਵਾਜ਼ ਮੈਂ ਬੇਸ਼ੱਕ ਬਣ ਮੇਰੇ ਸਰਦਾਰ ਦਾ ਹੁਕਮ ਹੈ ਤੇ ਰੋਂਦੇ ਕਿਉਂ ਜੁਮਲਾ ਸੁਣ ਸੋ ਹਾਜ਼ਰ ਹੋ ਰੋਂਦੇ ਕਿਉਂ ਫਰਮਾਇਆ ਮੈਂ ਕੱਲਾ ਨਹੀਂ ਵਜਣਾ ਜੋੜੀ ਗੁਨਾਮ ਨੇ ਉਹਨਾਂ ਵੀ ਬੀਬੀ ਦੀ ਆਵਾਜ਼ ਨੇ ਅੱਛਾ ਜੇ ਜੋੜੀ ਕੋ ਨਾ ਲੈਣਾ ਹੀ ਮੈਂ ਤੇ ਕੋ ਕੁਰਬਾਨੀਆਂ ਤਿਆਰ ਕਰ ਰਹੇ ਹਾਂ ਸਦਕੇ ਦੀ ਵਜਾ ਜਨਾਬ ਮੈਂ ਲੱਖ ਦਫਾ ਦਾ ਰਸਾਂ ਉੱਚੀ ਰੁਣੀ ਵੀ ਲਾਹੌਰ ਦੀ ਮਲਕਾ ਤੇ ਵੱਡੀ ਧੀ ਦੇ ਨਾਲ ਹੱਕਲ ਮਾਰ ਕੇ ਦੇ ਮੇਰਾ ਬਚੜਾ ਮੇਰੀ ਧੀ ਮੇਰੇ ਨੇੜੇ ਆ ਨਾ ਧੀ ਆਈ ਕੋਲ ਫਰਮਾਇਆ ਪਾਣੀ ਦਾ ਤਾਸ਼ਤ ਕੀਤੀ ਆ ਤੇ ਮੁਹੰਮਦ ਕੋਈ ਬੁਲਾਇਆ ਇਬਰਾਹੀਮ ਕੋ ਮੈਂ ਸਦਕੇ ਦੀ ਵਜਾ ਬੀਬੀ ਨੇ ਬੁਲਾਇਆ ਅੱਲਾਹ ਗਵਾਹ ਪਾਣੀ ਦਾ ਕਸ਼ਟ ਆ ਗਿਆ ਯਾਰ ਬੜੇ ਔਖੇ ਨੇ ਪੇਸ਼ ਕਰਨ ਬੜੀ ਮਿਹਰਬਾਨੀ ਸੋਹਣਾ ਸੁਣਦੇ ਪਾਓ ਪਿੱਛੇ ਸਭ ਕੋਈ ਜਮਾਈ ਪਹਿਲਾਂ ਜਿਸ ਤਰ੍ਹਾਂ ਤੁਸੀਂ ਸੁਣਦੇ ਪਾਓ ਇੱਥੇ ਆ ਗਿਆ ਪਾਣੀ ਦਾ ਕਸ਼ਟ ਹੈ ਪਹਿਲੇ ਦੌਰ ਚੌਥੀਆਂ ਦਮਾਈਆਂ ਸੀ ਮੁਹੰਮਦ ਦੀ ਹੋਰ ਸੋਹਣੇ ਸੋਹਣੇ ਬੱਲੇ ਲੈ ਲੈ ਪਾਏ ਹਾਂ ਬੀਬੀ ਨੇ ਚੌਥੀਆਂ ਦਮਾਈਆਂ ਨੇ ਤੇ ਬਾਤ ਨੂੰ ਸੁਰ ਮੈਂ ਪਵਾਏ ਕੰਘੀਆਂ ਕੀਤੀਆਂ ਜੀ ਮਾਮਾ ਉਹ ਮੈਂ ਕੁਝ
ਪਿਆਰ ਕਰੇਨੀਆਂ ਤੇ ਸੋਹਣਾ ਜੀ ਨੇ ਆਪਣਾ ਕੁਰਤਾ ਸਹੀ ਤੇ ਤੰਗ ਕੀਤਾ ਸੀ ਜੀ ਮੈਂ ਬਿਸਮਿਲਾ ਕਰਾਂ ਪੱਤਾ ਨਹੀਂ ਮਜਬੂਰੀ ਕਿਹੜੀ ਆ ਸੀ ਕੰਘੀ ਲੈਂਦੀ ਆਈ ਵਕਤ ਰੋਂਦੀ ਹਾਂ ਹਾਂ ਸੁਰਮਈ ਪਵੇਂਦੀ ਤੇ ਵਲਾ ਬੋਲੋ ਓਏ ਹੋਏ 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 ਥੋੜੀ ਗੱਲ ਹੈ ਅਗਲੀ ਗੱਲ ਵਧੀ ਹੈ ਵੱਡੇ ਕੋ ਨਾ ਵੱਡੇ ਕੋ ਪਿਆਰ ਕਰਕੇ ਨਾ ਸੋਹਣੇ ਜਾਏ ਕੱਪੜੇ ਪਵਾ ਕੇ ਸੋਹਣੇ ਸੋਹਣੇ ਕੱਪੜੇ ਜੇਬ ਇੰਨਾ ਕਰਕੇ ਨਾ ਭਾਈ ਜਾਨ ਖਾਨ ਜੀ ਇਹ ਪਸੰਦ ਆਇਆ ਸੀ ਭਲਾ ਸਰ ਅਸੀਂ ਇਬਰਾਹਿਮ ਜੀ ਅੰਮਾ ਮੇਰੇ ਨੇੜੇ ਆਉਣਾ ਪੁੱਤਰ ਕੋਲ ਆ ਗਿਆ ਪੁੱਤਰ ਕੋ ਚਾਹ ਕੇ ਨਾ ਇਵੇਂ ਤਸ਼ ਦੇ ਵਿੱਚ ਖੜਾਇਆ ਸੀ ਚਾਹ ਸੋਹਣੀਆਂ ਸੋਹਣੀਆਂ ਚੋਟੀਆਂ ਦਵਾਤੀਆਂ ਸੀ ਸੋਹਣੀਆਂ ਸੋਹਣੀਆਂ ਚੋਟੀਆਂ ਦਵਾ ਕੇ ਨਾ ਪੁੱਤਰ ਕੋ ਬਹੁਤ ਸੋਹਣਾ ਚੋਲਾ ਪਵਾਇਆ ਸੀ ਅੱਲਾ ਦੀ ਕਸਮ ਹੈ ਚੋਲਾ ਪਵਾ ਕੇ ਨਾ ਇੱਕ ਦਫ਼ਾ ਤਾਂ ਪਵਾਇਆ ਸੀ ਨਾ ਪਤਾ ਨਹੀਂ ਭਲਾ ਕਿਉਂ ਲਹਾਇਆ ਯਾਰ ਅੱਜ ਜੋ ਬੰਦਾ ਬੇ ਔਲਾਦ ਬੈਠਾ ਤਾਂ ਪੁੱਤਰ ਮੰਗਿਆ ਹੋ ਯਾਰ ਨਜ਼ੀਰ ਫਿਰਾਂ ਕੋਈ ਮਾਰ ਵੈਸੇ ਆ ਬੱਚੇ ਜੀਵਨੀ ਪੁੱਤਰ ਜੀਵਨੀ ਧੀਆਂ ਦੇ ਮੁਕੱਦਰ ਹੋਣੀ ਸੋਹਣੇ ਬੈਠੇ ਰਹਿਣੇ ਪਤਾ ਨਹੀਂ ਪੁੱਤਰ ਕੋ ਪਿਆਰ ਕੀਤਾ ਸੀ ਉਹ ਇੱਕ ਦਫ਼ਾ ਚੋਲਾ ਲਾਇਆ ਸੀ ਅਗਲੀ ਸਤਰ ਬਣਾ ਦੱਸੋ ਦੱਸੋ ਬਣਾ ਹਾਂ ਹਾਂ ਕੋਲ ਬੋਲ ਬਣਾ ਬਣਾ ਮੈਂ ਬਿਸਮਿਲਾ ਕਰਾਂ ਇੱਕ ਦਫ਼ਾ ਚੋਲਾ ਪਾਤਾ ਸੀ ਬਲਾ ਲਹਾਇਆ ਸੀ ਚਾ ਉਹ ਬਲਾ ਪਾਤਾ ਸੀ ਬਲਾ ਲਹਾਇਆ ਸੀ ਚਿਹਰੇ ਵੇਲੇ ਤ੍ਰੀਜੇ ਦਫ਼ਾ ਚੋਲਾ ਪਾਤਾ ਸੀ ਨਾ ਤੇ ਬਲਾ ਲਹਾਇਆ ਸੀ ਇਹ ਪੁੱਤਰ ਦਾ ਮੂੰਹ ਚੁੰਮਾ ਸੀ ਇਹਨੂੰ ਵਕਤ ਇਹਨੂੰ ਪੁੱਤਰ ਦੇ ਪੁੱਛ ਦੇ ਕੇ ਰੋਕਿਆ ਦੇ ਮੇਰਾ ਲਾਲ ਮੈਂ ਤ੍ਰੈ ਦਫ਼ਾ ਤੈਨੂੰ ਪਵਾਈ ਹੈ ਤ੍ਰੈ ਦਫ਼ਾ ਲਹਾਇਆ ਇਹ ਹੁਣ ਮਾਂ ਤੇ ਮਿਹਰਬਾਨੀ ਕਰਨਾ ਇੱਕੋ ਦਫ਼ਾ ਮੇਰੇ ਸਾਹਮਣੇ ਪਾਈ ਸਹੀ ਕੋਸ਼ ਵੱਡੀ ਕੀਤੀ ਸੀ ਤੇ ਖੁੱਲੇ ਜਿਹਨੇ ਮੁਕੱਦੇ ਮੀਂਹ ਮੂਹਰੇ ਬੈਠਣਾ ਜਿਹੜੇ ਵੇਲੇ ਬੱਟਾ ਨਹੀਂ ਨਾ ਖੁੱਲਾ ਮੇਰੇ ਬੱਚੜੇ ਦੀ ਪਾਰਤ ਹੋਵੇ ਮੱਤਾਂ ਕੱਲ ਪਵਾਵੇ ਤੇ ਲਹਾਵਣੇ ਅੱਲਾ ਮਾਂ ਮੈਂ ਬਿਸਮਿਲਾ ਕਰਾਂ ਮਾਤਮੀਆ ਜੋੜੀ ਨੂੰ ਤਿਆਰ ਕੀਤਾ ਸੀ ਬੜੀ ਮਿਹਰਬਾਨੀ ਜੋੜੀ ਨੂੰ ਤਿਆਰ ਕੀਤਾ ਸੀ ਕੁਰਬਾਨੀ ਹਾਸੀ ਨਾ ਤੇ ਪੱਤਾ ਹਾਸੀ ਕੁਰਬਾਨੀ ਹਾਜ਼ਰੀ ਨੇ ਬੈਠਾ ਜਾ ਕੁਰਾਨ ਦੀ ਕਸਮ ਜਾ ਕੇ ਪਿਆ ਇਸ ਤਰੀਕੇ ਨਾਲ ਜਨਾਬੇ ਰੋ ਤੇ ਭਾਵੇਂ ਨਾ ਰੋ ਜਨਾਬੇ ਮੁਸਲਿਮ ਦਾ ਪੁੱਤਰਾਂ ਕੋ ਅਬੂ ਨਾ ਲਾ ਕੇ ਰੋਂਦੇ ਆਂਦੇ ਟੁੱਟਦੇ ਆਂਦੇ ਰੋਂਦੇ ਆਂਦੇ ਇੱਕ ਗੱਲ ਕਰਾਂ ਤੁਸੀਂ ਹੈ ਕਰੇ ਸੋ ਪਤਾ ਹੀ ਨਹੀਂ ਕਿੱਥਾਂ ਆਏ ਕਿੱਥਾਂ ਆਏ ਜਿੱਥਾਂ ਇਹਦੀ ਹੱਥ ਬਾ ਖਲੋ ਪਤਾ ਨਹੀਂ ਤੁਸੀਂ ਅਦਬ ਦੀ ਜ਼ਾਕਰੀ ਸੁਣਦੇ ਹੋ ਜਾਂ ਰਾਜ ਦੀ ਜ਼ਾਕਰੀ ਸੁਣਦੇ ਹੋ ਇਹਦੇ 'ਚ ਅਦਬ ਵੀ ਸਮਝੋ ਤੇ ਰਾਜ ਹੀ ਸਮਝੋ ਜਿਹਦੀ ਮੈਂ ਗੱਲ ਕਰਦਾ ਪਿਆ ਖਾਨ ਸਾਹਿਬ ਨੇ ਕੀਤੀ ਹੈ ਮਜਲਿਸ ਇਸੇ ਤੇ ਮੁੱਕ ਗਈ ਹੈ ਅਗਰ ਹੈ ਕਰਨ ਦੀ ਗੱਲ ਹੋਵੇ ਗੱਲ ਰਾਜ ਵਾਲੀ ਸ਼ਾਲਾ ਸਮਝ ਤੋਂ ਬਾਵਜੇ ਸ਼ਾਲਾ ਮੈਂ ਸਮਝਾ ਸਕਾਂ ਰੱਬ ਜਾਵੇ ਜਿਨ੍ਹਾਂ ਦੇ ਮੁਸਲਿਮ ਦੀ ਕਿਹੜੀ ਮਜਬੂਰੀ ਆਈ ਜੋੜੀ ਕੋ ਨਾਲ ਲਾ ਕੇ ਉੱਥਾਂ ਹੈ ਜਿੱਥਾਂ ਅਲੀ ਅਕਬਰ ਖੜਾ ਹਾਂ ਮਜਬੂਰੀ ਰੱਬ ਜਾਣੇ ਕਿਹੜੀ ਆ ਸੀ ਸੋਹਣੇ ਦਾ ਮੂੰਹ ਨਿਸੀ ਚੁੰਮਾ ਅਲੀ ਅਕਬਰ ਦਾ ਸੀਨਾ ਚੁੰਮਾ ਦੱਸੇ ਵਾਂ ਕਿਤੇ ਬਰਛੀ ਲੱਗ ਰਹੀ ਹੈ ਖਾਸੇ ਦਾ ਚੁਮਾਸੀ ਹਾਂ ਐਲੀ ਇਸ ਗੱਲ ਦਾ ਗੱਲ ਚੁਮਾਸੀ ਖਾਸਨ ਦੇ ਗਾਣਿਆਂ ਦਾ ਚੁਮਾਸੀ ਜੀ ਮੈਂ ਬਿਸਮਿਲਾ ਕਰਾਂ ਸ਼ਬੀਰ ਦਾ ਮੈਂ ਲੱਗਦਾ ਮੈਂ ਸ਼ਬੀਰ ਦੇ ਪਹਿਲੇ ਕਰ ਚੁਮਾਸੀ ਬਲਾ ਸ਼ਬੀਰ ਦੇ ਇਹ ਗੱਲਾਂ ਚੁਮਾਸੀ ਮੈਂ ਬਿਸਮਿਲਾ ਕਰਾਂ ਅੱਬਾਸ ਜੋ ਸਾਹਮਣੇ ਆਏ ਨਾ ਅੱਬਾਸ ਕੋ ਬਹੁਤ ਸਾਰੀ ਸੀਰੀ ਤਾਂ ਹੁਸੈਨ ਦੇ ਨਾਂ ਤੇ ਮੇਰੇ ਲਿਖਾਏ ਅੱਬਾਸ ਕੋ ਬਹੁਤ ਸਾਰੀ ਸੀਰੀ ਤਾਂ ਇਸ਼ਾਰਾ ਕਰਕੇ ਦੇ ਗਾਜ਼ੀ ਤੂੰ ਮੇਰੀ ਨਵੇਕਲੀ ਜਾ ਗੱਲ ਸੁਣ ਹਾਏ ਕਰੇ ਸੋ ਗਾਜ਼ੀ ਨਵੇਕਲੀ ਜਾ ਦੀ ਹੈ ਕੁਰਾਨ ਦੀ ਕਸਮ ਚਾ ਕੇ ਤਾਂ ਪਿਆ ਗਾਜ਼ੀ ਦਾ ਇਹ ਬਾਦ ਚੁਮਾਸੀ ਇਹ ਬਾਦ ਚੁੰਮ ਕੇ ਤੇ ਠੱਡਾ ਸਾਹਿਬ ਕਹਿੰਦੇ ਗਾਜ਼ੀ ਮੇਰੀ ਗੱਲ ਸੁਣ ਤੇਰੇ ਨਾਲ ਹੈ ਪੂਰ ਸ਼ਰੀਫਾਂ ਦਾ ਨਾ ਔਖੇ ਸਫ਼ਰ ਕਰਾਵੇ ਇਹ ਗੈਰਤ ਮੰਦ ਗੁਲ ਫੌਜੀ ਵੀਰ ਹਰ ਕਹਿ ਕੋ ਸਬਰ ਦੀਵਾਵੇ ਫਰਮਾਇਆ ਨਾ ਮੂਸ ਦਾ ਗਾਜ਼ੀ ਜਿਤ ਨਾਮ ਆਵੇ ਹੈ ਕਰੇ ਸੋ ਸਰ ਤਨ ਦੀ ਬਾਜ਼ੀ ਲਾਵੇ ਕਿਤਰੀ ਹੈ ਕਰੇ ਸੋ ਜਨਾਬ ਮੁਸਲਮ ਫਰਮਾਇਆ ਤੋੜੇ ਆਪਣੀ ਭੈਣ ਦੀ ਕੈਦ ਵਨੀ ਨਾ ਆਲੀਆ ਕੈਦ ਮੈਂ ਬਿਸਮਿਲਾ ਕਰਾਂ ਭਾਵੇਂ ਆਪਣੀ ਭੈਣ ਦੀ ਕੈਦ
ਇਹ ਜਾਣੇ ਕਿੰਨਾ ਦਾ ਹੱਲ ਜਾਣੇ ਇਹ ਇੱਕ ਦਫਾ ਕਹੇ ਨਹੀਂ ਦੋ ਦਫਾ ਇਸੇ ਰਹਾ ਲੈ ਆਓ ਮੇਰੇ ਕੋਲ ਆਖਰੀ ਗੱਲ ਕਰਨ ਸ਼ੁਰੂ ਜਾਫਰੀ ਜੀ ਦੋ ਦਫਾ ਕਹੇ ਨਹੀਂ ਇੱਕ ਦਫਾ ਇਸ਼ਾਰਾ ਕੀਤਾ ਸ਼ੇਰ ਦਾ ਮੈਨੂੰ ਦਿਖਾਇਆ ਜਿਨ੍ਹਾਂ ਮੈਂ ਮੁਸਲਿਮ ਆਖਿਆ ਮਿਹਰਬਾਨ ਕੀਤਾ ਆਦੇ ਨਹੀਂ ਨਹੀਂ ਜਦੋਂ ਤੀਜੇ ਦਫਾ ਕਹਿੰਦਾ ਨਹੀਂ ਨਾਲ ਖਲੋਤਾ ਨਿਕਾ ਸ਼ਹਾਦਾ ਅਲੀ ਦਾ ਖੂਨ ਹੈ ਭਾਈ ਜਲਾਲ ਅਲੀ ਸ਼ਹਾਦੇ ਕੋ ਕੁਰਾਨ ਦੀ ਕਸਮ ਹੈ ਕਿਆਮਤ ਦਾ ਵੇਲਾ ਪੀਉ ਤੇ ਦਾਮਨ ਕੋ ਜੋ ਲਪਸ ਤੇ ਛਿੱਕੀ ਆਈ ਹੈ ਜਨਾਬੇ ਮੁਸਲਿਮ ਨੇ ਪਿੱਛਾ ਨਿਕਾ ਨਿਕਾ ਸ਼ਹਾਦੇ ਬਾਵੇ ਛੋਟਾ ਹੈ ਨਿੱਕੇ ਨਿੱਕੇ ਹੱਥ ਬੰਦ ਕੇ ਦੇ ਖੜੇ ਬਾਬਾ 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 ਇੰਨਾ ਮਿਲਤਾ ਨਾ ਕਰ ਅੱਲਾ ਤਾਰਾ ਭਲਾ ਕਰੇ ਸੀ ਪਰ ਪੁੱਤਰ ਜਿਸਮ ਦੇ ਰਬ ਦਾ ਰੋਗ ਹੋ ਸੀ ਬਾਬਾ ਇੰਨੇ ਮਿੰਟਾਂ ਨਾ ਕਰ ਬਾਬਾ ਦੀ ਵਲਾ ਵਾਲਾ ਮਿੰਨਾ ਕਰੇ ਦੋ ਇਹ ਵਾਰੀ ਮਨੇ ਦਾ ਕੋਈ ਨਹੀਂ ਬਾਬਾ ਮੇਰੀ ਗੱਲ ਸੁਣ ਨਾ ਬਾਬਾ ਮੈਂ ਸਲਾਹ ਦੇ ਨਾ ਬਾਬਾ ਇੰਨੀਆਂ ਮਿੰਟਾਂ ਨਾ ਕਰ ਤੂੰ ਉਹ ਗਲੀ ਦਾ ਮੋੜ ਪਰਵਾਨ ਅਸਾਂ ਇਹ ਗਲੀ ਦਾ ਅੱਲਾ ਮਾਨ ਫਰਮਾਇਆ ਬਾਬਾ ਵਾਕੇ ਦੇ ਅੱਲਾ ਫਿਰ ਵਤ ਰੋਜ਼ੇ ਮੈਂ ਸ਼ਰ ਮੁਲਾਕਾਤਾ ਬਿਸਮਿਲਲਾ ਬਿਸਮਿਲਲਾ ਅੱਲਾ ਮਾਨ ਅੱਲਾ ਹੌਸਲਾ 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 ਹਾਜ਼ਰ ਜੁਮਲਾ ਸੁਣਾਵਾਂ ਪੁੱਤਰਾਂ ਪੁੱਛੈ ਦੱਸਾਂ ਕਿਵੇਂ ਆਓ ਮੈਨੂੰ ਆਸਮਾਨ ਇਹ ਵੱਡਾ ਸ਼ਹਾਦਾ ਮੁਹੰਮਦ ਇਹ ਛੋਟਾ ਸ਼ਹਾਦਾ ਇਬਰਾਹੀਮ ਅੱਛਾ ਸਮਾ ਕੇ ਨਾ ਇੱਕ ਦਫਾ ਟੁਰ ਰਹੇ ਕੋਈ ਜੋ ਖਿਆਲ ਹੈ ਸੁਣਾ ਬਲਾ ਬੱਲਾ ਇਹ ਸ਼ਾਲਾ ਮੈਂ ਤੁਹਾਨੂੰ ਇਹ ਨਕਸ਼ਾ ਬਣਾ ਕੇ ਦੱਸਾਂ ਸਕਾਂ ਅੱਲਾ ਦੀ ਕਸਮ ਕੋਈ ਖਿਆਲ ਜੋ ਹੋਇਆ ਸੀ ਨਾ ਬਾਲਾਂ ਦਾ ਮੂੰਹ ਨਿਸੀ ਜੁਮਾ ਮੱਥਾ ਜਾਗ ਪੋਵੇਂ ਬੜੇ ਖੁੱਲੇ ਦੇ ਨਾਲ ਹੱਥ ਚਾ ਕੇ ਉਹਦਾ ਉਹਦੇ ਸੀਨੇ ਤੇ ਅੱਲਾ ਮਾਨ ਹੌਸਲਾ 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 ਮੈਂ ਬਿਸਮਿਲਲਾ ਕਰਾਂ ਨਿੱਕੇ ਦਾ ਹੱਥ ਵੱਡੇ ਦੇ ਸੀਨੇ ਤੇ ਰੱਖ ਕੇ ਠੰਡਾ ਸਾਹਿਬ ਆ ਕਹਿੰਦੇ ਮੇਰਾ ਅੱਲਾ ਮੇਰੀ ਗੁਰਬਤ ਦੇ ਮੈਂ ਕਿਹੜਾ ਕਰੀਮ ਮੇਰੇ ਨਿੱਕੇ ਦੀ ਜਮਾਲ ਇੰਨਾ ਸਰੂਰ ਸਗ ਬਣਾ ਦੇ ਮਨਾਂ ਦਾ ਕੋਈ ਲੋਕ ਮੁਸਲਿਮ ਨੂੰ ਲੈਂਦੇ ਵਜਨ
مت تن مسل سمجھ کے تو مار چھوڑے پر میں مائی جے من منے نا او مسلم بولے سو مایا او دیا بسم اللہ کرا بسم اللہ کرا بھاگ نہیں آ گیا اللہ ہو بس کی دفعہ جا گیا اللہ ہو بس ہاتھ کھولو نا سارے جوڑی پھیلاؤ نا تو ہے سارے 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 تا کھولو او سارے ایک دفعہ جا اللہ ہو بس تو ساتھ مہربانی شکریہ اللہ ہو بس او میں سب کے کی وجہ قربان میں نماتی ہوں کہانی ہو اللہ گواہ پانی بھی نہیں کھانا جیرے صاحب اولاد بیٹھے میں اب صاحب اولاد ہوں جیرے صاحب اولاد بیٹھے میں نے رات دینا تیرے سو جن دے پتر گلے چ بھکھے کے قصے سوتے پائے پیو کھانے چنگے لگدے اج میں نہ کھاندا مصلی لایا مصلی آ گیا ساری رات جناب مسلم مصلی دے جی بس اللہ سونے دی عبادت کرندے رہے تھمی تھمی ہے تپا میں مومنا ایک جام پانی لگے کہ نہ بھائی جان میری لگی ہے نہ لگی آخ میری لگی ہے میرا گھوڑا لایا آخری گل میں شروع میرا میری زیرا لایا پر میں کڑے نہیں بیٹھے نہ ہاشمی جوان لڑتے آئے ہاں میں تو دسا ہاشمی تے جوان لڑتے کی میں علامہ محمد حسنین قندوری لکھتا ہے علامہ محمد حسنین قندوری لکھتا ہے جناب مسلم نے پانچ دن باپ تے پانچ حملے ایک دفعہ سارا مجمع بول کے کتنے حملے دسو بھائی پانچ پانچ حملے شاباش لڑتا سونا بدا اللہ برباد کرے ایک عورت کو ایک بندہ ہوئے پانی جنا میں مسلم نا 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 میری گھنٹے دی پڑھائی دے تے پانی نہ پھیر تے کو گزری تھی نہ جو ہے کریں چا چلو ٹھیک ہے ٹھیک ہے ٹھیک ہے ٹھیک ہے اگلی سطر پڑھا چا اے تھوڑی گل ہے بھائی ایک عورت ائی پتہ نہیں پرانے کپڑے کتھوں گئے تھے اتنی جناب مسلم گڑب میں کیوں لگا مینو ذکر حسین دی قسم اے جناب مسلم دا ہونٹ شہید ہوئے دو دند بھی شہید ہوئے ہاتھ نواز میری بجاہ لے اس ملے توا میں مامنا دا بھلا ہوئے ایک جا پانی دا گر کے جناب مسلم دے کو لئیے رو رو کے آدھی کریے تسر نہ لڑا مارے پانی کی نہیں پانی پی اللہ دوارا بھلا کرے کیونکہ تسا جو ہے پیوں دے رہا دا کی دزی نظیر کانو کھا جو مہنے کیونکہ خون جاری ہے پانی مکس ہو گئی ہے فرمائے اے نبی میں اور کی نبی فرمائے اور پانی نگی نا مہربانی کریو پانی سامنے علی دیوار تبیر کیوں اٹھ میں نے فرمائے چند دیا دے بعد بیر بیرائی نہ ہوں گزر نہیں میرے بچے شاہ ہوں میرے لکھائے بھائی جان مار مار
تو حسین دا واسطے میں دکھائے مار مار تھک پائیں ہاتھ ہی نے بدلے دربار ایک گھنا ہے ایک کتا ابن کتا ابن زیاد تخت پہ بیٹھا ہے اینج لکھے جناب مسلم دیکھ کے تو میں کو امیر سر جناب مسلم نے فرمایا کہ اکھے بعد امیر سر جناب مسلم دی آواز ہے امیر اُد کا شامی روز فرمایا میرا ایک امیر ہے میں فرمایا حسین دی قسم میں شبیر جناب مسلم دا بیان سن کے رونا ہے جی میں بسم اللہ کرے ہندو جناب مسلم دا سر جھکا ہویا ہے انو غریب حسین نے غربت دا ہوگا سنے تے بڑے رونے اج وائیں بڑا دکھ آئی وے جے ماتم کرنا ہے پھر سر تا پرسا ضرور نہیں ہے قیامت دا ویلا ہا ماں کو بکھرا لیو آسمان کب من تے زمین کبھی حسین کو روتا دیکھے عباس حضرت عباس رٹھا نا ذکر والے جلدی دے نال غازی عباس نے نا اپنا امام لایا حسین دے قدم تے رکھ کے ماں دے زخمی پاسے دواسے میں کو کوفہ پہنچا فرمایا کیوں ہے نے اکل مار کے دے دار الامالا دی چھت دے تلے پکا فرش میرے سردار بھرا دے سر جھکاوے اے وار کرے سن سر ہو سی تن کو جدا میں جے تلے کھڑا ہو سن جھوڑی تے پھیلے سا سیدا دے باو ذرا پاسے نہ لے ماتمیو جنا غازی آباد پاسے نہ لے کے اک بی بی اے جن زندگی پہلے دفعہ تو میں ہاتھ چوے اور جھولی پہلے کریے رو رو کے ادی کریے ناچ صدیقا بسم اللہ
شبیر سے آلیا نو آلیا بیوی تر پیے لاہور کی ملکہ دے کو لئیے نور